सारे साथियों का धन्यवाद है। तुसी सारे नूं मैं सवेरे सवेरे अज जिहड़ी है तकलीफ दित्ती है। कई दिनों दी सोच विचार तो बाद अज मैं फैसला किया है कि अज मैं भारतीय जनता पार्टी नूं अलविदा कह रहा। भारतीय जनता पार्टी तो अस्तीफा दे रहा और इहदे बाद क्योंकि तुसी उत्सव तो कि इहदे बाद की होएगा, इहदे बाद मैं फौरी तौर दे उपर दिल्ली रवाना हो रहा हुणे ही, और दिल्ली रवाना होने तो बाद मैं कांग्रेस पार्टी दे विच शामिल हो रहा। कारण की रहे डॉक्टर साहब, तुहानू थोड़े चिर की तुहाडा मोह भंग हो गया बीजेपी नूं, क्योंकि तो बड़े कहिंदे लाभ लक्ष्मण दे नाल तुसी बीजेपी शामिल होए सीगे। कहते कुछ तो मजबूरियां रही होंगी, ऐसे तो कोई वफादार बेवफा नहीं होता। ये सुनील जाखड़ भी ये गल कहिंदा हुंदा, याद है तुहानू कि जदों शामिल होण लगा सी कोई गल्लां ते हैगियां ही हैं, लेकिन क्योंकि अज वो मैं अज दा दिन तुहानू ये इतलाह करन वास्ते और ये अपनी अनाउंसमेंट वास्ते अज मीडिया दे रूबरू होया। अज दा दिन मैं सिर्फ ये कहना चाहना कि मैं भारतीय जनता पार्टी नूं छड़ रहा। उदा कारण मोटा जा ये भी है कि पूरा देश जड़ा है वो इस गल नूं देख रहा है कि जड़ा देश है वो कांग्रेस पार्टी के हत्थां च ही सुरक्षित है, और सब धर्मां दे नाल मिल के सब नूं लै के अगर कोई पार्टी चल सकती है तो वह कांग्रेस पार्टी है। और इसलिए मैं तुहानूं ये गल कही है कि भाई मैं देख चुका है सारा कुछ, मैं देखने के बावजूद ही फैसला लिया है कि जदों मैनूं ये महसूस हो गया इस गल वास्ते कि भाई इस जगह दे उपर सब नूं लै के चलन दी नीति नहीं है, इस नीति नूं मैं छड़ के। राहुल गांधी दे दौरे तो बाद एक फैसला लिया गया कि तुसी कांग्रेस छड़ भाई राहुल जी आए थे च कोई शक नहीं हैगा, लेकिन वो कोई शक नहीं कि उन्होंने दौरे तो बाद मैं फैसला लिया। पर उदों तुहाडी मुलाकात दा भी जिक्र हो रहा कि तुसी उन्हां नूं थोड़ा भी मुलाकात। देखो इस दे वास्ते मैं कुछ नहीं कहना चाहुंदा, लेकिन मैं ये गल कहना है कि मेरी हाईकमान दे नाल गल होई। ਬਈ ਮੈਨੂੰ ਮਾਨ ਸਨਮਾਨ ਤੋਂ ਇਲਾਵਾ ਮੈਨੂੰ ਲੱਗਾ ਕਿ ਸ਼ਹਿਰ ਵਾਸਤੇ ਪੰਜਾਬ ਵਾਸਤੇ ਜਿਹੜਾ ਆ ਉਹ ਬੀਜੇਪੀ ਗੁੱਡ ਸੀਨ ਨਹੀਂ ਹੈ। ਮੈਂ ਇਹੀ ਗੱਲ ਕਹੀ ਹੈ ਕਿ ਭਾਈ ਕੁਛ ਤੋਂ ਮਜਬੂਰੀਆਂ ਰਹੀ ਹੋਣਗੀ, ਯੂੰ ਹੀ ਤਾਂ ਕੋਈ ਬੇਵਫਾ ਨਹੀਂ ਹੁੰਦਾ, ਕੋਈ ਗੱਲਾਂ ਤਾਂ ਹੋਣਗੀਆਂ ਹੀ, ਇਸ ਕੋਈ ਸ਼ੱਕ ਨਹੀਂ ਹੈਗਾ। ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਇਹ ਬਈ ਹੁਣ ਮੈਂ ਦਿੱਲੀ ਜਾ ਰਿਹਾ, ਮੇਰੀ 12 ਵਜੇ ਫਲਾਈਟ ਹੈ, ਇਹਦੇ ਬਾਅਦ ਵਾਪਸ ਮੈਂ ਆਵਾਂਗਾ, ਅਤੇ ਲੇਕਿਨ ਇਹ ਵਾਅਦਾ ਕਿ ਹੁਣ ਦੁਬਾਰਾ ਅਗਲੀ ਪ੍ਰੈਸ ਕਾਨਫਰੰਸ ਅੰਮ੍ਰਿਤਸਰ। ਤੁਸੀਂ ਭਾਜਪਾ 'ਚ ਜੁਆਇਨ ਕੀਤੀ ਸੀ ਤਾਂ ਤੁਸੀਂ ਕਾਂਗਰਸ ਹਾਈਕਮਾਂਡ ਅਤੇ ਕਾਂਗਰਸ ਦੀ ਲੀਡਰਸ਼ਿਪ 'ਤੇ ਵੱਡੇ ਵੱਡੇ ਸਵਾਲ ਚੱਕੇ ਸੀ, ਅੱਜ ਉਸੇ ਲੀਡਰਸ਼ਿਪ ਨੂੰ ਮੁੜ ਤੋਂ ਪ੍ਰਵਾਨ ਕਰ ਰਹੇ ਹੋ। ਦੇਖੋ ਮੈਂ ਤੁਹਾਨੂੰ ਇੱਕ ਗੱਲ ਕੀ ਕਹੀ ਹੈ, ਬਈ ਜਿਸ ਚੀਜ਼ਾਂ ਵਾਸਤੇ ਮੈਂ ਪ੍ਰਵਾਨ ਕੀਤਾ ਸੀ ਉਹ ਚੀਜ਼ਾਂ ਮੈਨੂੰ ਸਮਾਜ ਨੂੰ ਇਕੱਠੇ ਲੈ ਕੇ ਸਮਾਜ ਦਾ ਤਾਣਾ ਬਾਣਾ ਸਮਾਜ ਦੀ ਬਣਤਰ ਬਣੀ ਕੇ ਚੱਲਦਿਆਂ ਨਹੀਂ ਦੇਖ ਰਿਹਾ, ਸਮਾਜ ਮੈਂ ਵੰਡਿਆ ਨਜ਼ਰ ਆ ਰਿਹਾ, ਮੈਨੂੰ ਸਮਾਜ ਟੁੱਟਿਆ ਨਜ਼ਰ ਆ ਰਿਹਾ, ਇਸ ਲਈ ਮੈਨੂੰ ਲੱਗਿਆ ਕਿ ਇਹ ਸਮਾਜ ਨੂੰ ਇਕੱਠਿਆ ਨਹੀਂ। ਡਾਕਟਰ ਸਾਹਿਬ, ਜਦੋਂ ਤੁਸੀਂ ਕਾਂਗਰਸ ਛੱਡਦੇ ਹੋ ਉਸ ਤੋਂ ਬਾਅਦ ਇੱਕ ਝੜੀ ਲੱਗਦੀ, ਬਹੁਤ ਸਾਰੇ ਆਗੂ ਜਿਹੜੇ ਗਏ ਸੀ, ਹੁਣ ਤੁਸੀਂ ਵਾਪਸ ਜਾ ਰਹੇ ਹੋ, ਕੀ ਹੋਰ ਵੀ ਹੈ ਕੋਈ ਅਸੀਂ ਲਿਸਟ ਜਿਹੜੇ ਵਾਪਸੀ ਕਰ ਰਹੇ ਨੇ? ਬਹੁਤ ਸਾਰੇ, ਮੈਂ ਕਿਹਾ ਬਹੁਤ ਸਾਰੇ ਮੇਰੇ ਹਮਸਫ਼ਰ ਹੈ, ਔਰ ਅੱਜ ਵੀ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਦਿੱਲੀ ਮੈਂ ਜਾ ਰਿਹਾ ਔਰ ਉਹਦੇ ਵਿੱਚ ਵੀ ਤੁਹਾਨੂੰ ਕਈ ਹੋਰ ਚਿਹਰੇ ਵੀ ਦੇਖਣ ਨੂੰ ਮਿਲਣਗੇ। ਇਹਦਾ ਕੀ ਮਤਲਬ ਹੈ ਕਿ ਡਾਕਟਰ ਰਾਜ ਕੁਮਾਰ ਵੇਰਕਾ ਤੋਂ ਇਲਾਵਾ ਬਾਕੀ ਜਿਹੜੇ ਕਾਂਗਰਸੀ ਬੀਜੇਪੀ 'ਚ ਗਏ ਸੀ ਉਹ ਵੀ ਘੁੱਟਣ? ਮੈਂ ਤੁਹਾਨੂੰ ਇਹ ਕਿਹਾ ਕਿ ਅੱਜ ਤੁਸੀਂ ਵੇਟ ਕਰੋ ਬਾਅਦ ਦੁਪਹਿਰ ਦੀ, ਮੈਂ ਤੁਹਾਨੂੰ ਇਹ ਕਿਹਾ ਕਿ ਬਾਅਦ ਦੁਪਹਿਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਬੀਜੇਪੀ 'ਚ ਸ਼ਾਮਿਲ ਹੋ ਸਕਦੇ। ਡਾਕਟਰ ਰਾਜ ਕੁਮਾਰ ਵੇਰਕਾ ਪੰਜਾਬ ਦੀ ਸਿਆਸਤ 'ਚ ਇੱਕ ਵੱਡਾ ਦਲਿਤ ਚਿਹਰਾ ਮੰਨਿਆ ਜਾਂਦਾ ਹੈ, ਕੀ ਮੰਨੀਏ ਜਿਹੜਾ ਤੁਸੀਂ ਭਾਜਪਾ ਤੋਂ ਤੁਹਾਡਾ ਮੋਹ ਭੰਗ ਹੋਇਆ ਕਿ ਭਾਜਪਾ ਨੇ ਦਲਿਤ ਸਮਾਜ ਦਾ ਕੋਈ ਬੰਦਾ ਮਾਨ ਸਨਮਾਨ ਨਹੀਂ ਕੀਤਾ? ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਬਈ ਦਲਿਤ ਹੋਵੇ ਮਿਨੋਰਟੀ ਹੋਵੇ ਬਈ ਉਹਨਾਂ ਦੇ ਵਿੱਚ, ਮੈਂ ਤੁਹਾਨੂੰ ਇੱਕ ਗੱਲ ਕੀ ਕਹੀ ਹੈ ਕਿ ਮੈਨੂੰ ਲੱਗਾ ਹੈ ਕਿ ਜਿਹੜੀ ਹੈ ਉਹ ਗੈਰ ਬਰਾਬਰੀ ਹੈ ਬੀਜੇਪੀ ਦੇ ਅੰਦਰ, ਉਹ ਬਰਾਬਰੀ ਨਹੀਂ ਹੈਗੀ, ਮੈਂ ਤੁਹਾਨੂੰ ਮੋਟੀ ਜਿਹੀ ਗੱਲ ਤਾਂ ਦੱਸ ਦਿੱਤੀ ਹੈ। ਔਰ ਮੈਂ ਤੁਹਾਨੂੰ ਇਹ ਵੀ ਗੱਲ ਕਹਿਤੀ ਕਿ ਜਿੰਨੇ ਕਿ ਤੁਸੀਂ ਸਰਲ ਤਰੀਕੇ ਦਾ ਸਵਾਲ ਪੁੱਛਿਆ ਉਹਦਾ ਮੈਂ ਸਰਲ ਤਰੀਕੇ ਨਾਲ ਇਸ ਲਈ ਜਵਾਬ ਦਿੱਤਾ ਕਿ ਮੈਂ ਤਾਂ ਸਾਫ ਕੋਈ ਜਿਹਾ ਇਨਸਾਨ ਹੈ, ਸਿੱਧੀ ਜਿਹੀ ਗੱਲ ਕਰਨੀ ਪਸੰਦ ਕਰ ਲੈਂਦਾ। ਔਰ ਮੈਂ ਤੁਹਾਨੂੰ ਇਹ ਵੀ ਦੱਸਤਾ ਕਿ ਭਾਈ ਮੈਂ ਦਿੱਲੀ ਚੱਲਿਆ ਜੇ ਅਤੇ ਮੈਂ ਚੱਲਿਆ ਕਾਂਗਰਸ 'ਚ ਸ਼ਾਮਿਲ ਹੋਣ ਲਈ,
ਇਹ ਵੀ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਹਮਸਫ਼ਰ ਵੀ ਬਹੁਤ ਸਾਰੇ ਲਿਸਟ ਦੇ ਵਿੱਚ ਹੈਗੇ ਆ। ਡਾਕਟਰ ਸਾਹਿਬ ਇੱਕ ਸਿੱਧਾ ਸਵਾਲ, ਤੁਸੀਂ ਕਿਹਾ ਸਿੱਧੀ ਜੀ ਗੱਲ ਕਰਦਾ, ਸਿੱਧਾ ਸਵਾਲ ਇਹ ਹੈ ਕਿ ਕਾਂਗਰਸ ਪਹਿਲਾਂ ਤੁਸੀਂ ਛੱਡੀ, ਉਹਦੇ ਤੇ ਸਵਾਲ ਖੜੇ ਕੀਤੇ, ਫਿਰ ਬੀਜੇਪੀ 'ਚ ਗਏ, ਬੀਜੇਪੀ ਦੇ ਸਵਾਲ ਤੀਜਾ ਵਿਕਲਪ ਤੁਹਾਡੇ ਕੋਲ ਆਮ ਆਦਮੀ ਪਾਰਟੀ ਵਿੱਚ, ਮੈਂ ਤੁਹਾਨੂੰ ਇਹ ਕਿਹਾ ਕਿ ਮੇਰੇ ਕੋਲ ਕੋਈ ਵਿਕਲਪ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਮੈਂ ਸਿਰਫ ਆਪਣੇ ਘਰ ਵਾਪਸ ਜਾ ਰਿਹਾ, ਉਹ ਇਸ ਤੋਂ ਇਲਾਵਾ ਹੋਰ ਕੁਛ ਨਹੀਂ। ਗਲਤੀ ਸੁਧਾਰਨ ਜਾ ਰਹੇ ਹੋ ਡਾਕਟਰ? ਮੈਂ ਕਹਿਆ ਇਹ ਵੀ ਮੰਨ ਲਓ ਕਿ ਮੈਂ ਗਲਤੀ ਸੁਧਾਰਨ ਜਾ ਰਿਹਾ, इंतजार करो मेरे बहुत सारे हम सफर है, मैं तुहानू एक गल दस दी। आखिरी सवाल, ਜਿਹੜਾ ਸਾਰਾ ਹੁਣ ਲਾਣਾਪਣਾ ਹੈਗਾ ਬੀਜੇਪੀ ਦੇ ਵਿੱਚ, ਤੁਹਾਡੇ ਪੁਰਾਣੇ ਸਾਥੀ ਨੇ ਜਾਖੜ ਸਾਹਿਬ ਵੀ ਲਾ ਲਓ, ਜਿੰਨੇ ਵੀ ਹੈਗੇ ਨੇ, ਪਰ ਉੱਥੇ ਕਿਉਂ ਨਹੀਂ ਤੁਹਾਡੀ ਬੌਂਡਿੰਗ, ਕਿਉਂ ਨਹੀਂ ਫਿੱਟ, ਕਿਉਂ ਨਹੀਂ ਬੈਠੀ, ਕੀ ਚੱਕਰ ਹੈ? ਕੋਈ ਤਰੁਣ ਚੁੱਕ ਦਾ ਵੀ ਨਾਮ ਸਾਹਮਣੇ ਆ ਰਿਹਾ ਕਿ ਉਹਨਾਂ ਨੇ ਸਪੋਰਟ ਨਹੀਂ ਤੁਹਾਡੀ ਕੀਤੀ ਹੈ? ਨਹੀਂ ਨਹੀਂ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਮੈਂ ਤੁਹਾਨੂੰ ਇਹ ਕਿਹਾ ਕਿ ਬਈ ਅੱਜ ਦਾ ਦਿਨ ਮੇਰੀ ਜਿੰਨੀ ਕੁ ਇਨਫੋਰਮੇਸ਼ਨ ਦੇਣ ਦਾ ਸੀ ਉਹ ਮੈਂ ਮੀਡੀਆ ਨਾਲ ਸ਼ੇਅਰ ਕਰਨ ਵਾਲੀ ਗੱਲਾਂ ਕਰ ਦਿੱਤੀਆਂ। ਹੁਣ ਮੈਂ ਤੁਹਾਨੂੰ ਇਹ ਕਿਹਾ ਕਿ ਵੇਟ ਕਰੋ, ਅੱਜ ਮੈਂ ਦਿੱਲੀ ਜਾ ਰਿਹਾ, ਦਿੱਲੀ ਜਾਣ ਤੋਂ ਬਾਅਦ ਫਿਰ ਵਾਪਸ ਆ ਰਿਹਾ, ਔਰ ਉਹਦੇ ਬਾਅਦ ਫਿਰ ਮੈਂ ਮੀਡੀਆ ਨਾਲ ਸੰਬੋਧਿਤ ਹੋਵਾਂਗਾ, ਔਰ ਉਸ ਵਕਤ ਮੈਂ ਕਾਂਗਰਸ ਦੀ